एक स्टेटमेंट दिती भी वेखो साढ़े तो बंदियां ने 25,000 साडा मुंडा मराता ते खटिया की चैनलों ते भी जिहड़े साडे बंदे खाड़कू संघर्ष च भी शामिल सी ना ਉਹ ਵੀ ਕਈ ਵਾਰੀ ਆ ਕੇ ਅੱਜ ਕੱਲ੍ਹ ਚੈਨਲਾਂ 'ਤੇ ਭਾਈ ਦਲਜੀਤ ਸਿੰਘ ਬਿੱਟੂ ਸਿੱਖ ਕੌਮ ਦੇ ਹੀਰੇ ਆ ਉਹਨਾਂ ਦੇ ਲਈ ਬੋਲਣ ਲੱਗ ਜਾਂਦੇ ਆ ਵੀ ਵੇਖੋ ਜੀ ਉਹਨਾਂ ਨੇ ਉਸ ਵੇਲੇ ਇੱਕ ਵੱਡਾ ਚਿਹਰਾ ਲਹਿਰ ਦਾ ਉਹਨਾਂ ਨੇ ਜ਼ਮੀਨਾਂ ਬਣਾ ਲਈਆਂ ਉਹਨਾਂ ਨੇ ਆਹ ਕਰ ਲਿਆ ਹਾਲਾਂਕਿ ਬਣਾਇਆ ਕੁਛ ਨਹੀਂ ਗੱਲਾਂ ਸਾਰੀਆਂ ਹਵਾ 'ਚ ਹੀ ਕਰਨੀਆਂ ਅਤੇ ਚੈਨਲ ਵਾਲੇ ਵੀ ਆ ਉਹਨਾਂ ਨੂੰ ਪੁੱਛਦੇ ਵੀ ਅੱਛਾ ਇੰਨੇ ਬੰਦੇ ਮਰਵਾ ਕੇ ਇੰਨਾ ਕੁਛ ਕਰਕੇ ਫਿਰ ਖੱਟਿਆ ਕੀ ਪਹਿਲੀ ਗੱਲ ਤਾਂ ਸਾਡੇ ਇਹ ਸਮਝ ਆਉਣੀ ਇਸ ਵੇਲੇ ਕਿਉਂ ਨਹੀਂ ਸਾਡੇ ਇਹ ਗੱਲ ਆਉਂਦੀ ਵੀ ਲਹਿਰਾਂ 'ਚ ਕੀ ਖੱਟਿਆ ਜਾਂਦਾ ਹੁੰਦਾ ਅੱਜ ਤੱਕ ਅਸੀਂ ਲਹਿਰਾਂ 'ਚ ਕੀ ਖੱਟਿਆ ਜਿਹੜੀ ਕੌਮ ਨੇ ਸਿਰ ਦਿੱਤੇ ਆ ਨਾ ਨਿਸ਼ਾਨ ਵੀ ਉਦੋਂ ਹੀ ਝੂਲਦੇ ਆ ਅੱਜ ਨਿਸ਼ਾਨ ਸਭ ਦੁਨੀਆ 'ਚ ਸਭ ਤੋਂ ਉੱਚਾ ਝੂਲਦਾ ਜਿਹਦੇ ਮਰਜ਼ੀ ਨਾਲ ਖੜਾ ਕਰਾ ਦਿਓ ਤੁਸੀਂ ਲਾਲ ਕਿਲ੍ਹੇ 'ਤੇ ਵੀ ਗੁਰੂ ਦਾ ਵਰਤਾਰਾ ਹੀ ਸੀ ਤਾਂ ਝੂਲ ਗਿਆ ਇਹ ਦਬਦਬਾ ਹੁੰਦਾ ਕੌਮਾਂ ਦਾ ਸੋ ਜਿਹੜੀ ਕੌਮ ਨੇ ਖੱਟਿਆ ਕੀ ਜਾਂਦਾ ਹੁੰਦਾ ਲਹਿਰਾਂ 'ਚ ਕੋਈ ਵਪਾਰ ਥੋੜ੍ਹੀ ਕਰਨ ਗਏ ਹਾਂ ਅਸੀਂ ਵੀ ਕੋਈ ਲਹਿਰ ਤੁਰੀ ਆ ਤੇ ਅਸੀਂ ਉੱਥੇ ਰੋਟੀ ਪਾਣੀ ਦਾ ਵਪਾਰ ਕਰਨ ਤੁਰ ਪਏ ਫਿਰ ਸਾਡੇ ਗੁਰੂਆਂ ਨੇ ਕੀ ਖੱਟ ਲਿਆ ਫਿਰ ਗਦਰੀ ਬਾਬਿਆਂ ਨੇ ਕੀ ਖੱਟ ਲਿਆ ਜਦੋਂ ਉਹ ਲਹਿਰ 'ਚ ਆਏ ਸੀ ਸ਼ਹੀਦੀਆਂ ਦਿੱਤੀਆਂ ਕਾਲੇ ਪਾਣੀ ਜੇਲ੍ਹਾਂ 'ਚ ਗਏ ਤੇ ਸਾਡੇ ਖਾੜਕੂ ਸੰਘਰਸ਼ੀ ਬੰਦਿਆਂ ਨੇ ਉਹਨਾਂ ਨੇ ਕੀ ਖੱਟ ਲਿਆ ਕੌਮਾਂ ਆਪਦੀ ਪਛਾਣ ਲਈ ਆਪਦੀ ਹੋਂਦ ਲਈ ਲੜਦੀਆਂ ਹੁੰਦੀਆਂ ਇੱਕ ਪਾਸੇ ਜਦੋਂ ਜਾਲਮ ਸਰਕਾਰਾਂ ਤੁਹਾਡੀ ਹੋਂਦ ਤੁਹਾਡੀ ਹਸਤੀ ਮਿਟਾਉਣ ਨੂੰ ਉਹ ਮਿਥ ਲੈਣ ਉਹਨਾਂ 'ਚ ਦ੍ਰਿੜਤਾ ਇਹ ਆ ਜਾਵੇ ਵੀ ਨਹੀਂ ਇਹਨਾਂ ਨੂੰ ਜਾਂ ਤਾਂ ਆਪਦੇ 'ਚ ਹੀ ਮਿਲਾ ਲਓ ਜਾਂ ਇਹਨਾਂ ਨੂੰ ਖਤਮ ਕਰ ਦਿਉ ਐਲੀਮੀਨੇਟ ਕਰ ਦਿਉ ਸਾਡੇ ਨਾਲ ਦੋਨੇ ਵਰਤਾਰੇ ਵਾਪਰੇ ਆ ਘੱਲੂਘਾਰਿਆਂ 'ਚ ਸਾਡੇ ਨਾਲ ਵੱਡਾ ਘੱਲੂਘਾਰਾ ਹੋਇਆ ਛੋਟਾ ਘੱਲੂਘਾਰਾ ਹੋਇਆ ਕੀ ਖੱਟਿਆ ਸਿਰ ਹੀ ਦਿੱਤੇ ਆ ਨਾ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਉੱਥੇ ਜੇ ਕੋਈ ਸਿਆਣਾ ਬੰਦਾ ਮਿਲੇ ਤੁਸੀਂ ਬੈਠੇ ਹੋ ਤੁਹਾਨੂੰ ਕਹਿਣਗੇ ਵੀ ਇੱਥੇ ਇੱਕ ਇੱਕ ਸਿੱਲ ਜਿਹੜੀ ਲੱਗੀ ਆ ਨਾ ਇੱਥੇ ਸੰਗਮਰਮਰ ਦੀ ਉਹਦੇ ਥੱਲੇ ਹਜ਼ਾਰਾਂ ਸਿਰ ਆ ਅਤੇ ਬਾਈ ਜੀ ਪੈਰ ਵੀ ਪੋਚ ਪੋਚ ਕੇ ਰੱਖੇ ਹੋਏ ਇੱਥੇ ਇਹ ਖੱਟਿਆ ਇਸ ਕੌਮ ਨੇ ਇਸ ਕੌਮ ਦੇ ਨਿਸ਼ਾਨ ਵੀ ਤਾਂ ਹੀ ਝੂਲਦੇ ਆ ਹੁਣੇ ਬਾਈ ਜੀ ਨੇ ਕਿਹਾ ਦੁਨੀਆ 'ਚ ਝੂਲਦੇ ਆ ਦੇਸ਼ਾਂ ਦੇ ਝੰਡੇ ਦੇਸ਼ਾਂ ਤੱਕ ਸੀਮਿਤ ਹੁੰਦੇ ਆ ਅਸੀਂ ਅਮਰੀਕਾ 'ਚ ਵੀ ਨਿਸ਼ਾਨ ਸਾਹਿਬ ਚਲਾਉਂਦੇ ਹਾਂ ਅਸੀਂ ਕਨੇਡਾ 'ਚ ਵੀ ਚਲਾਉਂਦੇ ਹਾਂ ਅਸੀਂ ਉੱਧਰੋਂ ਯੂਰਪ 'ਚ ਵੀ ਚਲਾਉਂਦੇ ਹਾਂ ਅਸੀਂ ਉੱਧਰੋਂ ਆਸਟ੍ਰੇਲੀਆ ਵਾਲੇ ਪਾਸੇ ਵਿੱਚ ਸਾਡੇ ਨਿਸ਼ਾਨ ਸਾਹਿਬ ਝੂਲਦੇ ਆ ਅਸੀਂ ਇਹ ਖੱਟਿਆ ਹੁਣ ਆਪਾਂ ਵਰਤਾਰੇ ਦੀ ਗੱਲ ਕਰਦੇ ਸੀ ਵੀ ਜਦੋਂ ਸਾਡੇ ਕਿਸਾਨ ਲੀਡਰਾਂ ਦੀ ਇਹੋ ਜਿਹੀ ਕੋਈ ਸਟੇਟਮੈਂਟ ਆਉਂਦੀ ਹੈ ਵੀ ਖੱਟਿਆ ਕੀ ਜਾਂ ਚੈਨਲਾਂ ਵਾਲੇ ਵਾਹ ਵਾਹ ਕੇ ਵੀ ਕੀ ਖੱਟਿਆ ਬੰਦੇ ਮਰਵਾਤੇ ਸਾਰਾ ਇਤਿਹਾਸ ਪੜ੍ਹ ਲਓ ਤੁਸੀਂ ਜਿਹੜਾ ਪੰਥੀ ਗਰੀਬਾਂ ਦੀ ਰੱਖਿਆ ਅਤੇ ਜੁਰਮਾਨੇ ਦੀ ਭੱਖਿਆ ਕਰਨ ਲਈ ਪੈਦਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਜਿਆ ਉਹਦੇ 'ਚ ਖੱਟਣ ਨੂੰ ਕੀ ਆਏ ਕੋਈ ਵਪਾਰ ਕਰਨ ਥੋੜ੍ਹੀ ਆਏ ਉਹ ਤਾਂ ਰੂਹਾਂ ਦੀਆਂ ਗੱਲਾਂ ਇੱਥੇ ਰੋਟੀ ਪਾਣੀ ਦੇ ਸੌਦੇ ਥੋੜ੍ਹੀ ਹੋ ਰਹੇ ਆ ਇਹ ਤਾਂ ਗੱਲਾਂ ਰੂਹਾਂ ਦੀਆਂ ਹੋ ਰਹੀਆਂ ਅਤੇ ਜਦੋਂ ਰੂਹਾਂ ਦੀਆਂ ਗੱਲਾਂ 'ਚ ਇਹ ਗੱਲ ਸਮਝਣ ਲੱਗ ਜੀ ਆਪਾਂ ਵੀ ਖੱਟਿਆ ਕੀ ਫਿਰ ਬਾਈ ਜੀ ਆਪਦੀ ਬੁੱਧੀ 'ਚੋਂ ਨਹੀਂ ਸਮਝੀ ਜਾ ਸਕਦੀ ਇਹ ਤਾਂ ਕਿਤੇ ਸਾਡੇ ਅਵਚੇਤਨ ਮਨ 'ਚ ਪਈ ਆ ਸਾਡੀ ਰੂਹ 'ਚ ਪਈ ਆ ਜੇ ਉਹ ਰੂਹ ਦੀ ਗੱਲ ਸਮਝਦੇ ਹੋ ਫਿਰ ਤੁਹਾਨੂੰ ਲੱਗ ਜੂ ਪਤਾ ਅਸੀਂ ਖੱਟਿਆ ਕੀ ਆ ਅੱਜ ਤਾਂ ਹੁਣ ਸਾਡੇ ਨਾਲ ਇਹ ਕਿਉਂ ਵਾਪਰਦਾ ਵੀ ਸਾਡੇ ਆਪਦੇ ਹੀ ਬੰਦੇ ਸਾਡੇ ਉਲਟ ਹੋ ਜਾਂਦੇ ਆ 26 ਜਨਵਰੀ ਨੂੰ ਉੱਥੇ ਦੀਪ ਸਿੱਧੂ ਹੋ ਸੀ ਨਾ ਨਹੀਂ ਸੀ ਇਹ ਇੰਪੋਰਟੈਂਟ ਨਹੀਂ ਸੀ ਇਹ ਮਹੱਤਵਪੂਰਨ ਗੱਲ ਨਹੀਂ ਸੀ ਦੀਪ ਸਿੱਧੂ ਨਹੀਂ ਵੀ ਹੁੰਦਾ ਤਾਂ ਵੀ ਉਹ ਵਹਿਣ 'ਚ ਉਹੀ ਵਰਤਾਰਾ ਵਾਪਰਨਾ ਸੀ ਉੱਥੇ ਨਿਸ਼ਾਨ ਸਾਹਿਬ ਉਵੇਂ ਹੀ ਝੂਲਣਾ ਸੀ ਉਵੇਂ ਹੀ ਸਿੰਘਾਂ ਨੇ ਉਸ ਖਾਲੀ ਪੋਲ 'ਤੇ ਚੜ੍ਹ ਕੇ ਨਿਸ਼ਾਨ ਸਾਹਿਬ ਲਾਉਣੇ ਸੀ ਪਰ ਸਾਡੇ ਆਪਦੇ ਹੀ ਬੰਦੇ ਸਾਡੇ ਉਲਟ ਕਿਉਂ ਹੋ ਗਏ ਇਹ ਕਿਉਂ ਵਰਤਾਰੇ ਵਾਪਰਦੇ ਆ ਇਹਨੂੰ ਵੀ ਆਪਾਂ ਮਾੜਾ ਜਿਹਾ ਸਮਝਦੇ ਹਾਂ 150 ਸਾਲ ਦੀ ਗੁਲਾਮੀ ਨੇ ਸਾਡੀ ਮਾਨਸਿਕਤਾ ਬਦਲਤੀ ਇਹ ਵਾਪਰ ਜਾਂਦਾ ਕੌਮਾਂ 'ਤੇ ਹੋਰ ਬੜੀਆਂ ਦੁਨੀਆਂ ਦੀਆਂ ਕੌਮਾਂ 'ਤੇ ਵਾਪਰਿਆ ਯਹੂਦੀਆਂ 'ਤੇ ਵਾਪਰਿਆ ਜਦੋਂ 150 ਸਾਲ ਦੀ ਗੁਲਾਮੀ ਨੇ ਮਾਨਸਿਕਤਾ ਬਦਲ ਦੇਣੀ ਹੁੰਦੀ ਆ ਅਤੇ ਕੌਮ ਉਸ ਵੇਲੇ ਲੜਨ ਦੀ ਪੋਜੀਸ਼ਨ 'ਚ ਹੋਵੇ ਨਾ ਦੇਖੋ ਇਹ ਗੱਲ ਤਾਂ ਸਾਨੂੰ ਪਤਾ ਵੀ ਅਸੀਂ ਗੁਲਾਮ ਹਾਂ ਅਤੇ ਗੁਲਾਮੀ ਗਲੋਂ
ਗੁਰੂ ਸਾਹਿਬ ਨੇ ਕਿਹਾ ਸੀ ਕੋ ਕਿਸੇ ਕੋ ਰਾਜ ਨਾ ਦੇਹੈ ਜੋ ਲੈ ਨਿਜ ਬਲ ਸੇ ਲੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਇਹੀ ਗੱਲ ਕਰਦੇ ਸੀ ਵੀ ਬਾਈ ਜੀ ਇਹ ਤਾਂ ਗਲੋਂ ਲਾਉਣੀ ਪੈਣੀ ਆ। ਅੱਜ ਆ ਜੋ ਇਸ ਗੱਲ ਤੇ, ਹੋਰ 20 ਸਾਲਾਂ ਨੂੰ ਆ ਜਾਓ, 50 ਸਾਲਾਂ ਨੂੰ ਆ ਜਾਓ, ਆਉਣਾ ਤਾਂ ਆਨੇ ਵਾਲੀ ਥਾਂ ਤੇ ਪਊਗਾ। ਉਦੋਂ ਤੱਕ ਜਿੰਨੇ ਮਰਜ਼ੀ ਸੰਘਰਸ਼ ਲੜ ਲਓ, ਜਿੰਨੇ ਹੋਰ ਸੰਘਰਸ਼ ਉੱਠਣਗੇ, ਇਹ ਧਰਤੀ ਤੋਂ ਤਾਂ ਸੰਘਰਸ਼ ਹੀ ਉੱਠਦੇ ਆ। ਅਸੀਂ ਉੱਥੇ ਆਪਦੇ ਮਹਿਲ ਬਣਾ ਲਾਂਗੇ ਵੀ ਖਾਣੇ, ਹੁਣ ਕੁਛ ਹੋ ਜੂਗਾ। ਜਦੋਂ ਤੱਕ ਅਸਲ ਗੱਲ ਤੇ ਨਹੀਂ ਆਉਂਦੇ ਅਸੀਂ, ਉਦੋਂ ਤੱਕ ਹੋਣਾ ਜਾਣਾ ਕੁਛ ਨਹੀਂ। ਪਰ ਸਾਡੇ ਆਪਦੇ ਬੰਦੇ ਕਿਉਂ ਮੁੱਕਰ ਜਾਂਦੇ ਆ, ਜਾਂ ਆਪਦੇ ਬੰਦੇ ਕਿਉਂ ਗੱਲ ਨੂੰ ਨਹੀਂ ਸਮਝਦੇ? ਉਹ ਗੁਲਾਮੀ ਦੀ ਮਾਨਸਿਕਤਾ ਨਾ ਜਿਹੜੀ, ਉਹਦੇ 'ਚ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਵਾਪਰਦਾ। ਕੌਮ ਲੜਨ ਵਾਲੀ ਪੋਜੀਸ਼ਨ 'ਚ ਹੁੰਦੀ ਨਹੀਂ, ਫਿਰ ਕੌਮ ਕੀ ਕਰਦੀ ਆ? ਕੌਮ ਨਸ਼ਿਆਂ ਵੱਲ ਨੂੰ ਹੋ ਜਾਂਦੀ ਹੈ। ਸਾਡੇ ਜਿਹੜੇ ਬੰਦੇ ਨਸ਼ੇ ਕਰਦੇ ਆ, ਇਹ ਸਾਡੀ ਗਲਤੀ ਨਹੀਂ ਆ, ਇਹ ਲੱਛਣ ਆ ਗੁਲਾਮੀ ਦੇ। ਇਹ ਅਸੀਂ ਆਪਦੇ ਲੋਕਾਂ ਨੂੰ ਇਹ ਗੱਲ ਕਹਿਣ ਲੱਗ ਜਾਂਦੇ ਹਾਂ ਵੀ ਯਾਰ ਲੋਕਾਂ ਨੂੰ ਗੱਲ ਦੀ ਸਮਝ ਨਹੀਂ, ਇਹ ਗੁਲਾਮੀ ਦੇ ਲੱਛਣ ਆ। ਨਸ਼ਿਆਂ ਵੱਲ ਨੂੰ ਹੋ ਗਏ, ਪ੍ਰਵਾਸ ਹੋਣ ਲੱਗ ਗਿਆ ਇੱਥੋਂ ਵੀ ਇੱਥੇ ਕੁਛ ਨਹੀਂ ਯਾਰ, ਬਾਹਰ ਚੱਲੋ। ਉੱਥੇ ਜਾ ਕੇ ਵੀ ਚੈਨ ਨਹੀਂ ਆਉਂਦਾ, ਜਿਹੜੇ NRI ਬੈਠੇ ਆ ਉੱਥੇ ਉਹ ਫਿਰ ਤੜਪਦੇ ਆ। ਚੈਨ ਉੱਥੇ ਵੀ ਨਹੀਂ, ਚੈਨ ਨਸ਼ਿਆਂ 'ਚ ਵੀ ਨਹੀਂ ਆਉਣਾ। ਫਿਰ ਆ ਗਾਣਿਆਂ ਵੱਲ ਨੂੰ, ਨਵੇਂ ਜਿਹੜਾ ਕਲਚਰਲ ਪ੍ਰੋਗਰਾਮ ਸ਼ੁਰੂ ਹੋਏ ਸੀ 90 ਦੇ ਦਹਾਕੇ 'ਚ, ਅੱਜ ਤੱਕ ਚੱਲੇ ਆਉਂਦੇ ਆ, ਨੌਜਵਾਨੀ ਉੱਧਰ ਨੂੰ ਤੁਰ ਪੈਂਦੀ ਆ, ਚੈਨ ਉਹਦੇ 'ਚ ਵੀ ਨਹੀਂ ਆਉਂਦਾ, ਆ ਹੀ ਨਹੀਂ ਸਕਦਾ। ਗੱਲ ਰੂਹਾਂ ਦੀ ਅੰਦਰ, ਗੱਲ ਕਿਤੇ ਅਵਚੇਤਨ ਮਨ 'ਚ ਸਬਕੌਨਸ਼ੀਅਸ 'ਚ ਪਈ ਕੀ ਆ ਵੀ ਯਾਰ ਆਹ ਹਾਲਾਤ ਕਿਵੇਂ ਸੁਧਾਰੀਏ, ਇਹਦਾ ਹੱਲ ਕੀ ਆ? ਇਹਦਾ ਹੱਲ ਆ ਵੀ ਲੜਨਾ ਪੈਣਾ। ਅੱਛਾ, ਉਹਦੇ ਉਸ ਪਾਸੇ ਆਨੇ ਵਾਲੀ ਥਾਂ 'ਤੇ ਆਉਣਾ ਪਊ। ਉਦੋਂ ਤੱਕ ਫਿਰ ਅਸੀਂ ਨਸ਼ਿਆਂ 'ਚ ਵੀ ਪੈ ਗਏ, ਅਸੀਂ ਕਲਚਰਲ ਪ੍ਰੋਗਰਾਮਾਂ 'ਚ ਵੀ ਪੈ ਗਏ, ਸਾਡਾ ਪ੍ਰਵਾਸ ਵੀ ਹੋ ਗਿਆ ਇੱਥੋਂ, ਹੋਰ ਵੀ ਬੜਾ ਕੁਛ ਕਰਕੇ ਦੇਖ ਲਿਆ। ਅਸੀਂ ਸੰਘਰਸ਼ ਵੀ ਵਿੱਢ ਲਏ, ਬਰਗਾੜੀ ਵਾਲਾ ਸੰਘਰਸ਼, ਸਰਬੱਤ ਖਾਲਸਾ, ਉਦੋਂ ਪਹਿਲਾਂ ਉਹ ਸਰਸੇ ਵਾਲੇ ਲਈ ਵੀ ਇਕੱਠੇ ਹੋਏ ਸੰਘਰਸ਼। ਸੋ ਅਸੀਂ ਕਦੇ ਅਧਿਐਨ ਨਹੀਂ ਕਰਦੇ ਵੀ ਸਾਡੇ ਨਾਲ ਵਾਪਰ ਕੀ ਰਿਹਾ। ਇਸ ਵਰਤਾਰੇ 'ਚ ਫਿਰ ਜਿਹੜੇ ਬੰਦੇ ਉਹ ਗੁਲਾਮੀ ਦੀ ਮਾਨਸਿਕਤਾ ਜਿਹਨਾਂ 'ਤੇ ਘਰ ਘਰ ਜਾਂਦੀ ਆ, ਉਹਨਾਂ ਨੂੰ ਲੱਗਦਾ ਵੀ ਯਾਰ ਕੀ ਲੋੜ ਸੀ, ਕੀ ਖੱਟ ਕੀ ਲਿਆ ਉੱਥੇ ਲਾਲ ਕਿਲੇ 'ਤੇ ਝੰਡਾ ਲਾ ਕੇ। ਉਹਨਾਂ ਨੂੰ ਇਹ ਗੱਲ ਬੜੀ ਲੱਗਦੀ ਆ ਵੀ ਅਸੀਂ ਕੀ ਕਰ ਲਿਆ। ਇੱਕ ਗੱਲ ਅਸੀਂ ਸਮਝੀਏ ਵੀ ਅੱਜ ਅਸੀਂ ਇਕੱਠੇ ਹੋ ਕੇ ਜੰਤਰ ਮੰਤਰ ਜਾਂਦੇ ਹਾਂ, ਜੰਤਰ ਮੰਤਰ ਇਹ ਕਹਿ ਕੇ ਜਾ ਰਹੇ ਹਾਂ ਸਰਕਾਰ ਸਾਨੂੰ ਸਰਟੀਫਿਕੇਟ ਉਹ ਦਿੰਦੀ ਆ, ਆਈ ਕਾਰਡ, ਫਿਰ ਨਾਲ ਪੁਲਿਸ ਵਾਲੀਆਂ ਗੱਡੀਆਂ ਦਿੰਦੀ ਆ, ਫਿਰ 200 ਬੰਦਿਆਂ ਦੀ ਮਨਜ਼ੂਰੀ ਦਿੰਦੀ ਆ, ਅੱਗੇ ਫਿਰ ਬਹਿ ਜਾਓ ਜਾ ਕੇ ਉੱਥੇ। ਉਹ ਕੇਰਲਾ ਵਾਲੇ ਕਿਸਾਨ 1 ਸਾਲ ਮੂੰਹ 'ਚ ਚੂਹੇ ਪਾ ਕੇ, ਹੱਥਾਂ 'ਚ ਖੋਪੜੀਆਂ ਫੜ ਕੇ ਉੱਥੇ ਬੈਠੇ ਰਹੇ, ਕਿਸੇ ਦੇ ਨਹੀਂ ਸੁਣੇ। ਜਦੋਂ ਕੋਈ ਸੰਘਰਸ਼ ਉੱਠਦਾ, ਸੰਘਰਸ਼ੀ ਬੰਦਿਆਂ ਦਾ ਕੀ ਕੰਮ ਹੁੰਦਾ? ਸਰਕਾਰ 'ਤੇ ਪ੍ਰੈਸ਼ਰ ਪਾਉਣਾ, ਦਬਾਅ ਪਾਉਣਾ ਵੀ ਸਾਡੀਆਂ ਮੰਗਾਂ ਮੰਨੋ। ਅਤੇ ਜੇ ਅਸੀਂ ਉਹਨਾਂ ਦੀ ਗੱਲ ਸੁਣ ਕੇ ਜਾਣ ਲੱਗ ਗਏ, ਫਿਰ ਤਾਂ ਅਸੀਂ ਉਹਨਾਂ ਦੇ ਇੱਕ ਸਿਸਟਮ ਦੇ ਵਿੱਚ ਬਹਿ ਰਹੇ ਹਾਂ, ਫਿਰ ਉੱਥੋਂ ਕੀ ਖੱਟਿਆ ਜਾਣਾ? ਜਿੱਦਾਂ ਅਸੀਂ ਉਹਨਾਂ 'ਤੇ ਚੜ੍ਹ ਕੇ ਗਏ ਸੀ, ਜੇ ਕਿਤੇ ਇਕੱਠੇ ਹੋ ਕੇ ਉੱਥੇ ਖੜ ਜਾਂਦੇ, ਫਿਰ ਵੇਖਦੇ ਕੀ ਖੱਟਿਆ ਜਾਂਦਾ। ਪਰ ਇਹਦੇ 'ਚ ਵਰਤਾਰਾ ਇੱਕ ਹੋਰ ਕੀ ਵਾਪਰਿਆ, ਨੌਵੇਂ ਪਾਤਸ਼ਾਹ ਦੀ ਧਰਤੀ 'ਤੇ ਖੜ੍ਹੇ ਹਾਂ। ਅੱਛਾ, ਨੌਵੇਂ ਪਾਤਸ਼ਾਹ ਜਦੋਂ ਸ਼ਹੀਦ ਹੋਏ, ਸ਼ਾਹੀ ਕਾਜ਼ੀ ਨੇ ਫਰਮਾਨ ਪੜ੍ਹਿਆ ਉਸੇ ਲਾਲ ਕਿਲੇ 'ਚ ਉਹਨਾਂ ਦੇ ਸਿਰ ਕਲਮ ਦਾ। ਅੱਜ ਨੌਵੇਂ ਪਾਤਸ਼ਾਹ ਦੀ ਯਾਦ 'ਚ ਆਪਾਂ ਇੱਥੇ ਵੀ ਬੈਠੇ ਹਾਂ, ਉਹਨਾਂ ਦੇ ਨਿਸ਼ਾਨ ਵੀ ਝੂਲਦੇ ਆ ਉਸੇ ਕਿਲੇ 'ਚੋਂ ਜਿੱਥੋਂ ਫਰਮਾਨ ਪੜ੍ਹਿਆ ਗਿਆ, ਉਹਨਾਂ ਦਾ ਨਿਸ਼ਾਨ ਝੂਲ ਗਿਆ। ਪਰ ਉਹ ਜਿਹੜੇ ਹਾਕਮ ਸੀ, ਜਿਹੜੀਆਂ ਸਰਕਾਰਾਂ ਸੀ, ਕਿਤੇ ਨਹੀਂ ਆ, ਇਹ ਖੱਟਿਆ ਗਿਆ। ਇਸ ਲਈ ਉਸ ਅਕਾਲ ਪੁਰਖ ਦੇ ਧਰਮ ਦੇ ਰਾਖੀ ਆ ਆਪਾਂ, ਤਾਂ ਕੀ ਰਾਖੀ ਕਰਾਂਗੇ ਉਸ ਅਕਾਲ ਪੁਰਖ ਦੀ, ਜਿਹੜੀ ਇੱਕ ਚਿਣਗ ਸਾਡੇ ਗੁਰੂਆਂ ਨੇ, ਰਹਿਬਰਾਂ ਨੇ ਸਾਡੇ ਅੰਦਰ ਲਾ ਕੇ ਉਸ ਚਿਣਗ ਦੀ ਖਾਤਰ ਹੀ ਤੁਰੇ ਫਿਰਦੇ ਹਾਂ। ਜਦੋਂ ਜੱਗੀ ਬਾਬੇ ਜੀ ਨੇ ਇਹ ਗੱਲ ਕਹੀ, ਉੱਥੇ ਹਿੰਦੀ 'ਚ ਇਹਨਾਂ ਦੇ ਮੂੰਹੋਂ ਨਿਕਲੀ ਵੀ ਹਮ ਡਰਨੇ ਵਾਲੀ ਕੌਮ ਨਹੀਂ ਹੈ, ਬਸ ਆਹ ਖੱਟਿਆ। 1.25 ਲੱਖ ਨਾਲ ਇਕੱਲਾ ਹੀ ਜੂਝ ਗਿਆ। ਸਾਡੇ ਲਈ ਗਿਣਤੀਆਂ ਮਿਣਤੀਆਂ ਤਾਂ ਕਦੇ ਅਸੀਂ ਮਹਿਣੇ ਹੀ ਨਹੀਂ ਰੱਖੀਆਂ। ਜੇ ਗਿਣਤੀਆਂ ਮਿਣਤੀਆਂ ਮਹਿਣੇ ਰੱਖੀਆਂ ਹੁੰਦੀਆਂ
ਤੇ ਫਿਰ ਜੋ ਜੋ ਅਸੀਂ ਕਰ ਗਏ ਜਿਹੜਾ ਇਤਿਹਾਸ ਸਿਰਜ ਗਏ ਜਿਹੜੇ ਮਿੱਥ ਸਿਰਜ ਗਏ ਉਹ ਤਾਂ ਨਹੀਂ ਸਿਰਜੇ ਜਾਣੇ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਚੱਲੇ ਅਸੀਂ ਕੱਲ ਹੀ ਗੱਲ ਕਰ ਰਹੇ ਸੀ, ਉਸ ਵੇਲੇ ਦੁਨੀਆਂ ਦੀ ਸਭ ਤੋਂ ਇੱਕ ਵੱਡੀ ਤਾਕਤ ਨਾਲ ਮੱਥਾ ਲਾਉਣ ਤੇ ਉਹਨਾਂ ਕੋਲੇ ਕੀ ਸੀ, 5 ਸਿੰਘ 13 ਤੀਰ ਤੇ ਕੁਛ ਸਿਰਨਾਵੇ ਤੇ 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਭੇਜਤਾ ਸੀ। ਫਿਰ ਉਹ ਤਾਂ ਕਹਿੰਦੇ ਵੀ ਗੁਰੂ ਪਾਤਸ਼ਾਹ ਇਹਨਾਂ ਨਾਲ ਮੈਂ ਐਡੀ ਵੱਡੀ ਤਾਕਤ ਨਾਲ ਕਿੱਥੋਂ ਮੱਥਾ ਲਾ ਲਊਂਗਾ, ਪਰ ਗਿਣਤੀ ਮਿਣਤੀ ਤਾਂ ਮੈਨੇ ਹੀ ਨਹੀਂ ਰੱਖਦੀ। ਇੱਕ ਹੋਰ ਗੱਲ ਇਤਿਹਾਸ 'ਚ ਬੜੀ ਖਾਸ ਹੋਈ, ਜਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਉਸ ਵੇਲੇ ਵੀ ਕੌਮ ਲੜਨ ਦੀ ਹਾਲਤ 'ਚ ਨਹੀਂ ਸੀ। ਉਦੋਂ ਅਮੀਰ ਖੁਸਰੋ ਬਹੁਤ ਵੱਡਾ ਵਿਦਵਾਨ ਸੀ, ਨਵਾਬ ਸੀ, ਆਪਦੀ ਫੌਜ ਲੈ ਕੇ ਆ ਗਿਆ 5ਵੇਂ ਪਾਤਸ਼ਾਹ ਕੋਲੇ ਵੀ ਆਪਾਂ ਲੜਾਂਗੇ ਜੀ, ਤੁਸੀਂ ਸ਼ਹੀਦੀ ਨਹੀਂ ਦੇਣੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਪਤਾ ਸੀ ਵੀ ਸ਼ਹੀਦੀ ਦੇਣੀ ਪਊ। ਫਿਰ ਬਾਬਾ ਬਿਧੀ ਚੰਦ ਵੀ ਕਹਿੰਦੇ ਆਪਾਂ ਲੜਾਂਗੇ ਸ਼ਹੀਦੀ ਨਹੀਂ ਦੇਣੀ। ਗੁਰੂ ਸਾਹਿਬ ਦੇਖੋ ਉਹ ਕਹਿੰਦੇ ਜੇ ਮੈਂ ਇਹ ਪਿਰਤ ਪਾ ਗਿਆ, ਜਦੋਂ ਸਿੱਖ ਦੀ ਸ਼ਹੀਦੀ ਦੀ ਚਾਹੇ ਸ਼ਾਂਤਮਈ ਸ਼ਹੀਦੀ ਦੀ ਲੋੜ ਆ ਤੇ ਕੱਲ ਨੂੰ ਇਤਿਹਾਸ 'ਚ ਸਾਡੇ ਸਿੱਖ ਜਦੋਂ ਸ਼ਹਾਦਤ ਦੀ ਗੱਲ ਆਊ ਉਦੋਂ ਭੱਜਣੇ ਸ਼ੁਰੂ ਹੋ ਜਾਣਗੇ। ਸੋ ਇਹਦਾ ਮਤਲਬ ਗੁਰੂ ਸਾਹਿਬ, ਅੱਛਾ ਗੁਰੂ ਸਾਹਿਬ ਨੇ ਇਹ ਫੈਸਲਾ ਲਿਆ ਵੀ ਕਿਸੇ ਨੇ ਕੁਛ ਨਹੀਂ ਕਰਨਾ, ਜੋ ਹੋਈ ਜਾਂਦਾ ਅਕਾਲ ਪੁਰਖ ਦਾ ਭਾਣਾ ਮੰਨ ਕੇ ਉਹਨੂੰ ਮਿੱਠਾ ਹੀ, ਤੇਰਾ ਭਾਣਾ ਮਿੱਠਾ ਲੱਗੇ ਉਹਨੂੰ ਮਿੱਠਾ ਭਾਣਾ ਮੰਨ ਕੇ ਮੰਨ ਲਓ ਬਸ। ਫਿਰ ਉਸ ਵੇਲੇ ਤੱਕ ਸਿੱਖ ਨੂੰ ਸ਼ਸਤਰ ਨਹੀਂ ਚੁਕਾਏ ਗਏ ਸੀ। 6ਵੇਂ ਪਾਤਸ਼ਾਹ ਨੇ 11 ਸਾਲ ਦੀ ਉਮਰ 'ਚ ਇਹ ਗੱਲ ਕਰਤੀ ਵੀ ਹੁਣ ਜਿਨ੍ਹਾਂ ਨੇ ਜਿਹੜੇ ਦੋਖੀ ਆ 5ਵੇਂ ਪਾਤਸ਼ਾਹ ਦੀ ਸ਼ਹਾਦਤ ਜਿਨ੍ਹਾਂ ਨੇ ਕਰਵਾਈ ਆ, ਜਿਹੜੇ ਦੋਖੀ ਆ ਉਹਨਾਂ ਦੀ ਨੱਕ 'ਚ ਨਤਰੇਲ ਪਾਵਾਂਗੇ ਅਸੀਂ। ਤੇ ਕੀਤਾ ਵੀ ਉਸ ਵੇਲੇ 11 ਸਾਲ ਦੀ ਉਮਰ 'ਚ ਇਹ ਗੱਲ ਕਹਿਣੀ, ਅੱਜ ਜਿਵੇਂ ਆਪਾਂ ਮੋਦੀ ਤੇ ਅਮਿਤ ਸ਼ਾਹ ਨੂੰ ਕਹਿ ਦਈਏ ਵੀ ਨੱਕ 'ਚ ਉਹਨਾਂ ਦੇ ਨਖੇਲ ਪਾਵਾਂਗੇ ਅਸੀਂ, ਤੇ ਇੱਥੇ ਬੈਠੇ ਸਿੰਘ ਕਹਿਣਗੇ ਕਈ ਵੀ ਯਾਰ ਐਡੀ ਵੱਡੀ ਤਾਕਤ ਦੀ ਤੁਸੀਂ ਗੱਲ ਕਰ ਰਹੇ ਹੋ, ਆਪਣੇ ਪੱਲੇ ਕੀ ਆ। ਸਿੱਖ ਮਾਤਾ ਜੀ ਕੋਲੇ ਗਏ ਇਕੱਠੇ ਹੋ ਕੇ, ਮਾਤਾ ਜੀ ਨੇ ਗੁਰੂ ਸਾਹਿਬ ਕੋਲੇ ਭੇਜਤੇ, ਕਹਿੰਦੇ ਜੀ ਤੁਸੀਂ ਐਡੀ ਵੱਡੀ ਤਾਕਤ ਨਾਲ ਮੱਥਾ ਲਾਉਣ ਦੀ ਗੱਲ ਕਰ ਰਹੇ ਹੋ, ਪਿੰਡ 'ਚ ਬੈਠ ਕੇ ਗੱਲ ਕੀਤੀ ਗਈ। ਗੁਰੂ ਸਾਹਿਬ ਕਹਿੰਦੇ ਸਾਡੇ ਕੋਲੇ ਕੀ ਆ, ਨਾ ਅਸੀਂ ਸ਼ਸਤਰ ਆ ਸਾਡੇ ਕੋਲੇ, ਨਾ ਅਸੀਂ ਉਹ ਤਾਕਤ ਰੱਖਦੇ ਹਾਂ ਹਜੇ। ਗੁਰੂ ਸਾਹਿਬ ਕਹਿੰਦੇ ਜਿਹੜੇ ਸਿੱਖ ਨੂੰ ਗੁਰੂ ਦੀ ਗੱਲ 'ਤੇ ਭਰੋਸਾ ਨਹੀਂ ਉਹ ਸ਼ਸਤਰਾਂ ਦੇ ਨਾਲ ਵੀ ਕਿਸੇ ਕੰਮ ਦਾ ਨਹੀਂ, ਤੇ ਜਿਹੜੇ ਸਿੱਖ ਨੂੰ ਗੁਰੂ 'ਤੇ ਭਰੋਸਾ ਉਹ ਸ਼ਸਤਰਾਂ ਤੋਂ ਬਿਨਾਂ ਵੀ ਸਭ ਕੁਛ ਕਰ ਜੂਗਾ। ਤੇ ਇਹ ਗੱਲ ਹੋਈ, ਜੋ 5ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਦੋਖੀ ਸੀ ਉਹਨਾਂ ਦੀਆਂ ਨੱਕਾਂ 'ਚ ਨਕੇਲਾਂ ਪਾ ਪਾ ਸਿੰਘ ਨਾਲ ਫਿਰ ਲੈ ਕੇ ਫਿਰਦੇ ਰਹੇ, ਜਿਹੜੇ ਉਸ ਵੇਲੇ ਚੰਦੂ ਵਰਗੇ ਸੀ ਇਤਿਹਾਸ ਜਿਨ੍ਹਾਂ ਨੂੰ ਪਤਾ। ਸੋ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਡੇ ਇਸ ਦੌਰ 'ਚੋਂ ਗੁਜ਼ਰਦਿਆਂ, ਜਦੋਂ ਮਾਨਸਿਕਤਾ ਗੁਲਾਮ ਹੋ ਚੁੱਕੀ ਹੈ, ਅਸੀਂ ਆਪਦੇ ਚਿੰਨ੍ਹਾਂ ਤੋਂ ਮੁੱਕਰ ਜਾਂਦੇ ਹਾਂ, ਅਸੀਂ ਆਪਦੇ ਆਰਥਿਕ ਜਾਂ ਕੁਛ ਜ਼ਮੀਨੀ ਮਸਲਿਆਂ ਲਈ ਉਸ ਗੁਰੂ ਦੇ ਉਹਨਾਂ ਚਿੰਨ੍ਹਾਂ ਤੋਂ ਮੁੱਕਰ ਜਾਂਦੇ ਹਾਂ ਜਿਹਨਾਂ ਲਈ ਹਜ਼ਾਰਾਂ ਲੱਖਾਂ ਸਿਰ ਦਿੱਤੇ ਗਏ, ਜਿਨ੍ਹਾਂ ਨੇ ਸਾਨੂੰ ਮਾਲਕ ਬਣਾਇਆ, ਜਿਨ੍ਹਾਂ ਨੇ ਬਾਦਸ਼ਾਹੀਆਂ ਬਖਸ਼ੀਆਂ, ਅਸੀਂ ਉਹਨਾਂ ਤੋਂ ਮੁੱਕਰ ਜਾਂਦੇ ਹਾਂ। ਇਹ ਉਦੋਂ ਵਰਤਾਰੇ ਵਾਪਰਦੇ ਆ ਤੇ ਇਹੋ ਜਿਹੀਆਂ ਸਟੇਟਮੈਂਟਸ ਆਉਂਦੀਆਂ ਜਦੋਂ ਜਿਹੜੇ ਸਾਡੇ ਸਤਿਕਾਰਯੋਗ, ਆਪਾਂ ਤਾਂ ਸਤਿਕਾਰ ਹੀ ਦਿੰਦੇ ਹਾਂ, ਸਾਨੂੰ ਗੁਰੂ ਨੇ ਸਿਖਾਇਆ ਹੀ ਇਹ ਆ। ਜਿਹੜੇ ਸਰਦਾਰ ਰੋਦੂ ਸਿੰਘ ਆ ਉਹ ਕਹਿੰਦੇ ਵੀ 25,000 ਬੰਦਾ ਮਰਵਾਤਾ ਗਰਮ ਭਾਸ਼ਣ ਦੇ। ਇੱਥੇ ਆ ਜਿਹੜੇ ਗਰਮ ਤੇ ਨਰਮ ਇਹ ਦੋ ਤਰ੍ਹਾਂ ਦੇ ਇਹਨਾਂ ਨੇ ਵਿਆਖਿਆ ਘੜਤੀ ਨਾ, ਇਹ ਵੀ ਸਰਕਾਰ ਦੀਆਂ ਐਨਕਾਂ ਜਾਂ ਸਟੇਟ ਦੀਆਂ ਐਨਕਾਂ 'ਚੋਂ ਹੀ ਨਿਕਲਦੀ ਆ ਗੱਲ, ਇਹ ਦੇਖਦੇ ਲੋਕ ਕੁਛ ਵੀ ਨਰਮ ਅਤੇ ਗਰਮ ਨਹੀਂ ਹੁੰਦਾ। ਅੱਜ ਤੱਕ ਇਤਿਹਾਸ 'ਚ ਕਿਸੇ ਕੌਮ ਨੇ ਜਿੱਥੇ ਕਿਤੇ ਕੋਈ ਰੈਵੋਲਿਊਸ਼ਨ ਆਇਆ ਹੋਵੇ, ਜਿੱਥੇ ਕਿਤੇ ਕੋਈ ਰੈਵੋਲਿਊਸ਼ਨ ਨੂੰ ਕਹਿੰਦੇ ਹਾਂ ਆਪਾਂ ਕੀ ਪੰਜਾਬੀ 'ਚ ਕਹਿੰਦੇ ਹਾਂ ਜੀ, ਇਨਕਲਾਬ ਆਇਆ ਹੋਵੇ, ਕ੍ਰਾਂਤੀ ਆਈ ਹੋਵੇ, ਉਹ ਬਿਨਾਂ ਲਹੂ ਡੋਲਿਆ ਆਈ ਆ, ਤਾਂ ਮੈਨੂੰ ਕਿਸੇ ਇਤਿਹਾਸ 'ਚੋਂ ਐਗਜ਼ਾਮਪਲ ਦੇ ਦਿਓ। ਇਸ ਖਿੱਤੇ ਨੂੰ ਜੇ ਆਜ਼ਾਦੀ ਮਿਲੀ ਆ ਉਹਦਾ ਟ੍ਰਾਂਸਫਰ ਆਫ ਪਾਵਰ ਹੋਈ ਆ, ਆਜ਼ਾਦੀ ਨਹੀਂ ਮਿਲੀ
ਪੰਜਾਬ ਨੂੰ ਤਾਂ ਅੱਜ ਵੀ ਇੰਡੀਅਨ ਸਟੇਟ ਕਲੋਨੀਅਲ ਸਟੇਟ ਜਿਵੇਂ ਬ੍ਰਿਟਿਸ਼ ਅੰਗਰੇਜ਼ ਰੱਖਦੇ ਸੀ ਉਵੇਂ ਟ੍ਰੀਟ ਕਰ ਰਹੀ ਆ। ਨਾ ਸਾਡੇ ਕੋਲ ਸਾਡੇ ਪਾਣੀ ਆ, ਸਾਡੀਆਂ ਜ਼ਮੀਨਾਂ ਦਾ ਹਾਲ ਵੇਖ ਲਓ, ਨਾ ਸਾਡੇ ਕੋਲ ਸਾਡੀ ਸਿੱਖਿਆ, ਨਾ ਸਾਡੇ ਕੋਲ ਸਾਡੀ ਸਿਆਸਤ, ਨਾ ਸਾਡੇ ਕੋਲ ਸਾਡਾ ਸੱਭਿਆਚਾਰ ਆ, ਉਹ ਵੀ ਖੋਣ ਨੂੰ ਤੁਰ ਪਏ। ਇਹ ਤਾਂ ਉਹਨਾਂ ਕੌਮਾਂ 'ਤੇ ਗੱਲਾਂ ਵਾਪਰਦੀਆਂ ਹੁੰਦੀਆਂ ਜਿਹੜੀਆਂ ਉੱਥੇ ਗੁਲਾਮ ਹੋਣ, ਸਾਡੇ ਨਾਲ ਵਾਪਰ ਰਹੀਆਂ। ਅਸੀਂ ਫਿਰ ਉਸ ਵੇਲੇ ਇਸ ਵਰਤਾਰਿਆਂ 'ਚ ਇਹਨਾਂ ਦੌਰਾਂ 'ਚ ਸਭ ਤੋਂ ਵੱਡੀ ਗੱਲ ਆ ਕੌਮ 'ਚ ਨਾ ਸੈਲਫ ਡਾਊਟ ਵੀ ਸ਼ੁਰੂ ਹੋ ਜਾਂਦਾ, ਸੈਲਫ ਡਾਊਟ ਆਪਦੇ ਆਪ ਨੂੰ ਹੀ ਉਹ ਦੋਸ਼ ਵੀ ਦੇਣ ਲੱਗ ਜਾਂਦੇ ਆ। ਜਿਵੇਂ ਅੱਜ ਕੱਲ੍ਹ ਸਾਨੂੰ ਲਾਂਗਰੀ ਬਣਾਤਾ, ਅਸੀਂ ਲੰਗਰ ਲਾ ਲਾ, ਮੁੜ ਕੇ ਇਹਨਾਂ ਤੋਂ ਪੁੱਛਦੇ ਹਾਂ ਵੀ ਦੇਖੋ ਕਿੰਨਾ ਵਧੀਆ ਕੰਮ ਕਰ ਰਹੇ ਹਾਂ ਅਸੀਂ, ਇਹਨਾਂ ਤੋਂ ਵੈਲੀਡੇਸ਼ਨ ਲੈਣ ਲੱਗ ਜਾਂਦੇ ਹਾਂ ਵੀ ਲੰਗਰ ਲਾਓ ਜੀ, ਸੇਵਾ ਕਰੋ ਜੀ, ਅਤੇ ਇਹਨਾਂ ਤੋਂ ਵੈਲੀਡੇਸ਼ਨ ਲੈਣ ਲੱਗ ਜਾਂਦੇ ਹਾਂ। ਉਹ ਸਾਨੂੰ ਵੈਲੀਡੇਸ਼ਨ ਗੁਰੂ ਤੋਂ ਚਾਹੀਦੀ ਆ। ਲੰਗਰ ਵੀ ਦੋ ਤਰ੍ਹਾਂ ਨਾਲ ਲੱਗਦਾ ਹੁੰਦਾ, ਇੱਕ ਤਾਂ ਰਾਜਿਆਂ ਵਾਂਗੂ ਲਾਈਦਾ, ਸੇਵਾ ਭਾਵਨਾ ਵੀ ਰਾਜਿਆਂ ਵਾਂਗੂ ਕਰੀਦੀ ਆ। ਅਸੀਂ ਘਰ ਦੇ ਨੌਕਰ ਵਾਂਗੂ ਲੰਗਰ ਲਾਉਣ ਵਾਸਤੇ ਰਹਿ ਗਏ, ਜਿਵੇਂ ਘਰ ਦਾ ਸਾਡਾ ਨੌਕਰ ਹੁੰਦਾ ਨਾ ਕੋਈ ਵੀ ਸਾਨੂੰ ਖਾਣਾ ਖੁਣਾ ਖਵਾ ਕੇ, ਅਤੇ ਮੁੜ ਕੇ ਮਾਲਕ ਦੀ ਇੱਕ ਗੱਲ ਸੁਣਨ ਖਾਤਰ ਵੀ ਵੇਖੋ ਯਾਰ ਇਹ ਤਾਂ ਯਾਰ ਸਾਡਾ ਜਿਹੜਾ ਬੰਦਾ ਘਰੇ ਕੰਮ ਕਰਦਾ ਨਾ ਇਹ ਤਾਂ ਕਮਾਲ ਹੀ ਆ, ਜੋ ਪ੍ਰਸ਼ਾਦਾ ਛਕਾਉਂਦਾ, ਜੋ ਰੋਟੀ ਪਾਣੀ ਬਣਾਉਂਦਾ, ਬਹੁਤ ਕਮਾਲ ਆ। ਅਸੀਂ ਸਾਡੀ ਮਾਨਸਿਕਤਾ ਆਹ ਹੋ ਗਈ, ਅਸੀਂ ਛਬੀਲਾਂ 'ਤੇ ਲੰਗਰ ਲਾਉਣ ਉਸ ਮਾਨਸਿਕਤਾ 'ਚੋਂ ਵੀ ਸਾਨੂੰ ਚੰਗਾ ਕਹਿਣ, ਸਾਨੂੰ ਚੰਗਾ ਆ ਕਹੂਗਾ, ਇਹਨਾਂ ਤੋਂ ਸਾਨੂੰ ਵੈਲੀਡੇਸ਼ਨ ਦੀ ਕੀ ਜ਼ਰੂਰਤ ਆ। ਪਰ ਇਹ ਵਰਤਾਰੇ ਵਾਪਰਦੇ ਆ, ਪਰ ਵਰਤਾਰੇ ਜਦੋਂ ਵਾਪਰਦੇ ਆ ਤਾਂ ਕੌਮਾਂ ਦੀ ਡਿਊਟੀ ਬਣ ਜਾਂਦੀ ਹੈ ਇਕੱਠੇ ਹੋ ਕੇ ਸਿਰ ਜੋੜ ਕੇ ਬੈਠੀਏ, ਗੱਲਾਂ ਨੂੰ ਵਿਚਾਰੀਏ, ਫਿਰ ਕੀ ਰਣਨੀਤੀ ਘੜਨੀ ਆ, ਕੀ ਵਿਆਉਂਤ ਘੜਨੀ ਆ ਉਹ ਘੜੀਏ, ਨਾ ਕਿ ਆਪਦੇ ਬੰਦਿਆਂ ਨੂੰ ਸਰਟੀਫਿਕੇਟ ਵੰਡਣ ਲੱਗ ਜਾਈਏ, ਆਪਦੇ ਬੰਦਿਆਂ ਨੂੰ ਇਹ ਕਹਿ ਦਈਏ ਵੀ ਤੁਸੀਂ ਇਹ ਸਾਡੇ, ਅਸੀਂ ਵਿਸ਼ਵਾਸ ਹੀ ਕਰਨੋਂ ਹਟ ਗਏ, ਵੇਖ ਲਓ ਤੁਸੀਂ ਸਾ ਅੱਛਾ ਜਿਹਦੇ 'ਤੇ ਕਰਦੇ ਵੀ ਹਾਂ ਉਹ ਖਿੜਕ ਜਾਂਦਾ, ਕਿਉਂਕਿ ਇਕੱਲੇ ਬੰਦੇ ਨੂੰ ਜਾਂ ਤਾਂ ਅੱਗੇ ਲਾ ਲੈਂਦੇ ਹਾਂ ਅਸੀਂ, ਜਾਂ ਛਿੱਤਰ ਮਾਰਨ ਲੱਗ ਜਾਂਦੇ ਹਾਂ। ਸੋ ਜਦੋਂ ਤੱਕ ਅਸੀਂ ਮੁੜ ਉਸਾਰੀ ਨਹੀਂ ਕਰਾਂਗੇ, ਸਿਰਜਾਂਗੇ ਨਹੀਂ ਸਭ ਕੁਛ, ਉਦੋਂ ਤੱਕ ਜੇ ਅਸੀਂ ਇਹ ਸੋਚੀਏ ਵੀ ਇੱਥੇ ਕੁਛ ਬਦਲ ਜੂਗਾ, ਚਾਹੇ ਉੱਥੇ ਅੱਜ ਨਵਜੋਤ ਸਿੱਧੂ ਆ ਜੇ, ਪਹਿਲਾਂ ਅਕਾਲੀ ਵੀ ਰਹੇ ਪੰਥਕ ਸਾਡੇ ਬੰਦੇ, ਜਾਂ ਹੋਰ ਨਵੇਂ ਬੰਦੇ ਖੜ੍ਹੇ ਹੋ ਜਾਣ, ਕੁਛ ਨਹੀਂ ਬਦਲਣਾ, ਬਦਲਣਾ ਸਾਨੂੰ ਪੈਣਾ, ਸਿਰ ਜੋੜ ਕੇ ਬੈਠਣਾ ਪੈਣਾ, ਗੱਲਾਂ ਨੂੰ ਸਮਝਣਾ ਪੈਣਾ, ਮੁੜ ਉਸਾਰੀ ਕਰਨੀ ਪੈਣੀ ਆ। ਇਹਦੇ ਲਈ ਤੁਹਾਨੂੰ ਮਾਨਸਿਕ ਤੌਰ 'ਤੇ ਵੀ ਲੜਨਾ ਪੈਣਾ, ਅਤੇ ਇਸ ਲਈ ਤੁਹਾਨੂੰ ਤਿਆਰ ਵੀ ਰਹਿਣਾ ਪੈਣਾ। ਸੋ ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ, ਬਾਕੀ ਥੋੜ੍ਹੀ ਜਿਹੜੀ ਦੇਰ ਹੋਈ ਹੈ, ਦੇਰੀ ਹੋਈ ਹੈ ਇੱਥੇ ਆਉਣ 'ਚ, ਉਹਦੇ ਲਈ ਖਿਮਾ ਯਾਚਕਾਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਜਿਉਂਦੇ ਵਾਸਤੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਗਰ ਦੀ ਸੰਗਤ ਦੇ ਵੱਲੋਂ, ਨੌਜਵਾਨਾਂ ਵੱਲੋਂ ਤੇ ਨਾਲ ਮਾਜੋ ਜਥੇਦਾਰ ਜੀ, ਜਥੇਦਾਰ ਮਹਿੰਦਰਪਾਲ ਸਿੰਘ ਜੀ, ਜਥੇਦਾਰ ਮਹਿੰਦਰ ਸਿੰਘ ਜੀ ਧਨੌਲਾ, ਤੇ ਹੋਰ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਮੈਂ ਬਾਈ ਫੇਸ ਤੇ ਜਾਣਦਾ, ਲੇਕਿਨ ਨਾਮ ਮੈਨੂੰ ਵਿਸਰ ਗਏ ਨੇ, ਮੈਂ ਖਿਮਾ ਚਾਹੁੰਦਾ। ਸਾਰੀਆਂ ਮਾਜੋ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨੇ, ਜੀਓ ਆਇਆਂ ਧਨਰਾਜ ਜੀ, ਮਨੁੱਖੀ ਹੱਕਾਂ ਦੀ ਰਾਖੀ ਦੇ ਵਾਸਤੇ ਬਹੁਤ ਵੱਡੀਆਂ ਸੇਵਾਵਾਂ ਨੇ ਵੀਰਾਂ ਦੀਆਂ, ਬੋਲੇ